ਦੋਸਤੋ, ਮੈਂ ਅੱਜ ਪਹੁੰਚਿਆ ਹੋਇਆ ਜੀ ਪਿੰਡ ਦਾ ਨਾਂ ਹੈ ਜਾਹਿਦਪੁਰ ਜੱਟਾਂ ਅਤੇ ਤਹਿਸੀਲ ਮਕੇਰੀਆਂ ਅਤੇ ਜ਼ਿਲ੍ਹਾ ਹੁਸ਼ਿਆਰਪੁਰ। ਤਹਿਸੀਲ ਮਕੇਰੀਆਂ ਵਿੱਚ ਦੋ ਜਾਹਿਦਪੁਰ ਨੇ, ਇੱਕ ਜਾਹਿਦਪੁਰ ਆਵਾਣਾ ਔਰ ਇੱਕ ਜਾਹਿਦਪੁਰ ਜੱਟਾਂ। ਜਾਹਿਦਪੁਰ ਜੱਟਾਂ ਮਕੇਰੀਆਂ ਤੋਂ ਲਹਿੰਦੇ ਵੱਲ ਬਿਲਕੁਲ ਬਿਆਸ ਦਰਿਆ ਦੇ ਕੰਢੇ ਮਕੇਰੀਆਂ ਤੋਂ 7 ਕਿਲੋਮੀਟਰ ਦੂਰ ਵਸਿਆ ਹੋਇਆ ਦਰਮਿਆਨਾ ਜਿਹਾ ਪਿੰਡ ਹੈ ਜਾਹਿਦਪੁਰ ਜੱਟਾਂ। ਇਸ ਪਿੰਡ ਨੂੰ ਵੇਖਣ ਦੀ ਰਿਕੁਐਸਟ ਮਿਲੀ ਹੈ ਸਾਨੂੰ ਲਹਿੰਦੇ ਪੰਜਾਬ ਤੋਂ। ਰਿਕੁਐਸਟ ਭੇਜਣ ਵਾਲੇ ਹਨ ਬਜ਼ੁਰਗ ਮੁਹੰਮਦ ਰਫੀਕ ਜੀ, ਜਿਨ੍ਹਾਂ ਦਾ 1947 ਤੋਂ ਪਹਿਲਾਂ ਇਹ ਪਿੰਡ ਹੋਇਆ ਕਰਦਾ ਸੀ। ਅਤੇ ਇਸ ਪਿੰਡ ਦੇ ਆਲੇ ਦੁਆਲੇ ਪਿੰਡ ਹਨ ਤਗੜ ਕਲਾਂ, ਤੱਲੂ ਬਾਗ, ਕਾਲੇ ਬਾਗ, ਮੌਲੀ, ਮਹਿੰਦੀਪੁਰ, ਤਲਵੰਡੀ ਖੁਰਦ। ਅਤੇ ਇਹ 1947 ਤੋਂ ਪਹਿਲਾਂ ਤਹਿਸੀਲ ਦਸੂਹਾ ਦਾ ਹਿੱਸਾ ਸੀ, ਅੱਜ ਕੱਲ੍ਹ ਮਕੇਰੀਆਂ ਤਹਿਸੀਲ ਬਣ ਗਈ ਹੈ ਔਰ ਉਸ ਸਮੇਂ ਮਕੇਰੀਆਂ ਠਾਣਾ ਸੀ। ਅਤੇ ਆਓ ਤੁਹਾਨੂੰ ਵਿਖਾਉਂਦੇ ਹਾਂ ਪਿੰਡ ਜਾਹਿਦਪੁਰ ਜੱਟਾਂ। ਜਾਹਿਦਪੁਰ ਜੱਟਾਂ ਵੇਖਣ ਤੋਂ ਪਹਿਲਾਂ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਬਜ਼ੁਰਗਾਂ ਦਾ ਇੱਕ ਵੀਡੀਓ ਕਲਿੱਪ। ਹਾਂਜੀ ਬਾਬਾ ਜੀ, ਹਾਂਜੀ, ਕੀ ਨਾਂ ਤੁਹਾਡਾ? ਮੇਰਾ ਨਾਮ ਮੁਹੰਮਦ ਰਫੀਕ। ਕਿਹੜੇ ਪਿੰਡ ਤੋਂ ਆਏ ਜੇ? ਜਾਹਿਦਪੁਰ ਤੋਂ। ਹਿੰਦੁਸਤਾਨ ਚੋਂ? ਜਾਹਿਦਪੁਰ ਤੋਂ। ਜਾਹਿਦਪੁਰ ਜੱਟਾਂ ਤੋਂ? ਤੇ ਇਹ ਕਿੱਥੇ ਸੀ ਪਿੰਡ? ਪਿੰਡ ਸਾਡਾ ਤਗੜਾਂ ਲਾਗੇ। ਤਗੜਾਂ ਦੇ ਲਾਗੇ ਸੀ? ਤਗੜ ਸਾਡੇ ਕਬਰਾਂ ਸਾਂਝੀਆਂ ਦੋ ਪਿੰਡਾਂ ਦੀਆਂ। ਕਬਰਾਂ ਸਾਂਝੀਆਂ ਸੀ? ਹਾਂਜੀ। ਇਹ ਦਰਿਆ ਦੇ ਉੱਤੇ ਪਿੰਡ ਸੀ? ਦਰਿਆ ਦੇ ਉੱਤੇ ਪਿੰਡ। ਕਿਹੜਾ ਦਰਿਆ ਇਹ? ਬਿਆਸ। ਦਰਿਆ ਬਿਆਸ? ਹਾਂ। ਅੱਛਾ, ਤੁਹਾਡਾ ਲੰਬੜਦਾਰ ਕਿਹੜਾ ਸੀ? ਲੰਬੜਦਾਰ ਸਾਡਾ ਤਾਇਆ। ਤਾਏ ਦਾ ਨਾਂ ਕੀ ਇਹ? ਨਿਆਜ। ਨਿਆਜ ਅਲੀ? ਹਾਂਜੀ। ਅਤੇ ਦਾਦੇ ਦਾ ਕੀ ਨਾਂ ਇਹ? ਨੂਰ ਮੁਹੰਮਦ। ਦਾਦਾ ਨੂਰ ਮੁਹੰਮਦ? ਕਿੰਨਾ ਕੁ ਰਕਬਾ ਸੀ ਬਾਬਾ ਜੀ ਉੱਥੇ ਨੂਰ ਮੁਹੰਮਦ ਸਾਹਿਬ ਦਾ? ਸਾਨੂੰ ਇੰਨਾ ਪਤਾ ਵੀ 5-7 ਮਰਬੇ ਹੀ ਮਰਬੇ ਪਿਆ ਸੀ ਵਾਰਾ ਹੀ। ਅੱਛਾ। ਪਹੁੰਚਦਾ ਹੀ ਕੋਈ ਨਹੀਂ। ਅੱਛਾ। ਅਤੇ ਵਾਹੀ ਤੁਹਾਡੀ ਲੋਕੀ ਕਰਦੇ ਸੀ? ਲੋਕੀ ਆਪ ਨਹੀਂ ਕਰਦੇ? ਆਪ ਨਹੀਂ ਕਰਦੇ। ਅੱਛਾ। ਵਿਆਹ ਹੀ ਨੌਕਰ ਕਰਦੇ। ਤੁਹਾਡੀ ਕਿੰਨੀ ਕੁ ਉਮਰ ਸੀ ਜਦੋਂ ਪਾਕਿਸਤਾਨ ਬਣਿਆ? ਮੈਂ ਹੈ ਹੀ 8-7 ਸਾਲਾਂ ਦਾ। 8-7 ਸਾਲਾਂ ਦਾ। ਕੋਈ ਉਦੋਂ ਦਾ ਚੇਤਾ ਚੂਤਾ? ਕੋਈ ਖੂਹ, ਕੋਈ ਬੋੜ, ਕੋਈ ਅੰਬ? ਅੰਬ ਤਾਂ ਸਾਡੇ ਉੱਥੇ ਬੰਨਿਆ ਅਤੇ ਸਾਰੀ ਜ਼ਮੀਨ ਵਿੱਚ ਬੋਲੀ ਨਹੀਂ ਵਿਕਦੀ। ਮੇਰੇ ਵੱਲ ਵੇਖੋ, ਬੋਲੀ ਨਹੀਂ ਵਿਕਦੀ। ਅੱਛਾ। ਅੰਬ ਬੜੇ ਸੀ? ਅੰਬ ਬੜੇ ਸੀ। ਜਿਹੜਾ ਕੋਈ ਮਰਜ਼ੀ ਪਰਾਉਣਾ ਜਾਵੇ, ਜਿੰਨੇ ਮਰਜ਼ੀ ਕੀ ਵੇਖ ਕੇ ਬੋਲ ਲਿਆ ਕਿ ਨਹੀਂ, ਪੁੱਛਣਾ ਹੀ ਨਹੀਂ ਉਹਨੇ ਵੀ ਤੂੰ ਕੀ ਕਰਨਾ। ਇਹ ਜਾਹਿਦਪੁਰ ਜੱਟਾਂ ਸੀ? ਜਾਹਿਦਪੁਰ ਜੱਟਾਂ, ਤੱਗੜਾਂ ਦੇ ਲਾਗੇ। ਅੱਛਾ। ਤੱਗੜਾਂ ਤੋਂ, ਤੱਗੜਾਂ ਦਾ ਅਤੇ ਜਾਹਿਦਪੁਰ ਜੱਟਾਂ ਦਾ ਕਿੰਨਾ ਫਰਕ ਸੀ? ਵਿੱਚ ਕਬਰਾਂ ਹੀ ਸੀ। ਅੱਛਾ। ਅਤੇ ਉਹ ਬਾਬਾ ਬੁੱਧੂ ਸ਼ਾਹ, ਉਹਦੀ ਕਬਰ ਕਿੱਥੇ ਸੀ? ਉਹ ਸਾਡੀ ਜ਼ਮੀਨ 'ਤੇ। ਤੁਹਾਡੀ ਜ਼ਮੀਨ ਵਿੱਚ ਸੀ? ਕੋਈ ਯਾਰ ਦੋਸਤ ਦਾ ਨਾਂ ਨੂੰ ਚੇਤੇ ਹੋਵੇ? ਕੋਈ ਕੋਈ ਮਿਸਤਰੀ, ਕੋਈ ਲੁਹਾਰ, ਕੋਈ ਤਰਖਾਣ? ਕੋਈ ਚੇਤਾ ਨਹੀਂ ਗਾ। ਕੋਈ ਚੇਤਾ ਨਹੀਂ ਗਾ। ਅੱਛਾ। ਕੋਈ ਖੂਹ ਖਾ ਪਿੰਡ ਵਿੱਚ? ਖੂਹ ਹੈਗਾ ਸੀ। ਹੈਗਾ ਸੀ। ਅੱਛਾ, ਪੁਰਾਣਾ ਖੂਹ ਸੀ? ਪੁਰਾਣਾ। ਉੱਚੀ ਬਾਬਾ ਜੀ। ਕੋਈ ਬੋਰਡ ਵੀ ਹੈ ਸੀ? ਬੋਰਡ ਹੈਗਾ ਸੀ। ਹੈ? ਬੋਰਡ ਹੈਗਾ ਸੀ ਖੂਹ ਦੇ ਉੱਤੇ ਹੀ? ਸਾਰਾ ਪਿੰਡ ਉੱਥੇ ਮੰਜੀਆਂ ਡਾਉਂਦਾ ਸੀ। ਵੱਡਾ ਬੋਰਡ ਸੀ ਉਹ, ਤੱਕੀਆ ਬਣਿਆ ਸੀ। ਹਾਂ। ਅੱਛਾ। ਅਤੇ ਆਪਣੇ ਘਰ ਉੱਥੇ ਕਿੰਨੇ ਕੁ ਸੀ? ਸਾਡੇ ਘਰ ਬਹੁਤ, ਜੱਟਾਂ ਦਾ ਪਿੰਡ ਸੀ ਸਾਰਾ। ਉਹ ਜੱਟਾਂ ਦਾ ਪਿੰਡ ਸੀ ਸਾਰਾ, ਮੁਸਲਮਾਨਾਂ ਦਾ ਸੀ ਸਾਰਾ। ਅੱਛਾ ਅੱਛਾ।
ਤੇ ਸਾਰੇ ਉੱਥੋਂ ਵਾਪਸ ਆ ਗਏ ਸੀ? ਸਾਰੇ ਵਾਪਸ ਆਉਣੇ, ਜਿਹੜਾ ਪੈ ਗਿਆ ਉੱਜੜ ਕੇ ਆਉਣਾ ਜੀ। ਕੋਈ ਮਾਰਿਆ ਮੂਰਿਆ ਤਾਂ ਨਹੀਂ ਗਿਆ? ਕਈ ਮਾਰੇ ਗਏ, ਸਾਨੂੰ ਹੁਣ ਕਿਹੜਾ ਚੇਤਾ ਨਿਕਲ ਗਏ, ਕਈ ਮਾਰੇ ਗਏ। ਰਾਹ ਵਿੱਚ ਤੁਹਾਡੇ ਉੱਤੇ ਕਿੰਨੇ ਕੁ ਹਮਲੇ ਹੋਏ ਸੀ? ਅੱਲਾ ਹੀ ਜਾਣੇ, ਅਸੀਂ ਬਹੁਤ ਦੋ ਤਿੰਨ ਮੀਲ ਪੈਂਡਾ ਗਏ ਹਾਂ। ਹਾਂ, ਲਾਸ਼ਾਂ ਜੋ ਉੱਚੋਂ ਜੀ ਸਾਰਾ ਕੈਂਪ ਲੰਘਿਆ। ਅੱਛਾ ਅੱਛਾ, ਸਾਰਾ ਕੈਂਪ। ਹੁਣ ਤੁਸੀਂ ਚਾਹੁੰਦੇ ਜੇ ਵੀ ਉਸ ਪਿੰਡ ਦੇ ਕਿਸੇ ਪੁਰਾਣੇ ਬੰਦੇ ਦੇ ਬਾਰੇ ਵਿੱਚ ਤੁਹਾਨੂੰ ਪਤਾ ਲੱਗੇ, ਜਾਂ ਪੁਰਾਣੇ ਬੰਦੇ ਤੁਹਾਡੇ ਬਾਰੇ ਵਿੱਚ ਦੱਸਣ? ਅਸੀਂ ਜੇ ਨਿਕਲੇ ਕਿ ਸਾਡੇ ਪੁਰਾਣੇ ਬੰਦੇ ਕਿਹੜੇ ਵਾਕਫ ਹੋ। ਚਲੋ ਠੀਕ ਆ, ਅਸੀਂ ਇਹ ਗਿੱਲ ਸਾਹਿਬ ਨੂੰ ਵੀਡੀਓ ਭੇਜ ਦਿੰਦੇ ਹਾਂ ਤੁਹਾਡੀ, ਜਾਦਪੁਰ ਜੱਟਾਂ ਦੀ, ਪਿੰਡ ਤੱਗੜਾਂ ਦੇ ਲਾਗੇ, ਦਰਿਆ ਬਿਆਸ ਦੇ ਕਿਨਾਰੇ, ਅਤੇ ਉਹ ਇਹਦੇ ਬਾਰੇ ਵਿੱਚ ਫਿਰ ਤੁਹਾਨੂੰ ਕੋਈ ਵੀਡੀਓ ਬਣਾ ਕੇ ਭੇਜਣਗੇ। ਮਸਜਿਦ ਸਾਡੀ ਕੰਢੇ ਦੇ ਦਰਿਆ ਦੇ ਵਿੱਚ। ਮਸਜਿਦ ਕੰਢੇ ਦੇ ਸੀ? ਕੰਢੇ 'ਚ ਬਿਲਕੁਲ। ਅੱਛਾ, ਕੰਢੇ ਜਾ ਕੇ ਆ ਗਿਆ। ਅੱਛਾ, ਜਿਵੇਂ ਮਸਜਿਦ ਵਾਲੀ ਦਰਿਆ ਪਰਾਂ ਚਲਾ ਗਿਆ। ਅੱਛਾ, ਦਰਿਆ ਪਰਾਂ ਚਲਾ ਗਿਆ। ਚਲੋ ਠੀਕ ਆ ਜੀ, ਸਤਿ ਸ਼੍ਰੀ ਅਕਾਲ ਜੀ, ਸਲਾਮਲੈਕਮ ਜੀ। ਅੱਛਾ ਬਾਪੂ ਜੀ, ਤੁਸੀਂ ਇਸੇ ਪਿੰਡ ਦੇ ਰਹਿਣ ਵਾਲੇ ਹੋ? ਹਾਂਜੀ। ਕੀ ਸ਼ੁਭ ਨਾਮ ਤੁਹਾਡਾ ਜੀ? ਤਰਸੇਮ ਲਾਲ। ਤਰਸੇਮ ਲਾਲ, ਕਿਹੜੀ ਬਰਾਦਰੀ ਆਪਣੀ? ਰਾਮਗੜੀਏ। ਅੱਛਾ, ਰਾਮਗੜੀਏ, ਤਰਖਾਣ ਹੋ? ਤਰਖਾਣ। ਠੀਕ ਹੈ, ਜੱਦੀਪੁਰ ਸੀ ਇਸੇ ਪਿੰਡ ਦੇ ਰਹਿਣ ਵਾਲੇ? ਤਰਖਾਣ ਲੁਹਾੜ ਵੀ ਕਹਿ ਦਿੰਦੇ ਆ। ਠੀਕ ਹੈ ਜੀ, ਕੀ ਨਾਂ ਇਸ ਪਿੰਡ ਦਾ? ਜਾਦਪੁਰ ਜੱਟਾਂ। ਇਹ ਜੱਟਾਂ ਦਾ ਪਿੰਡ ਸੀ, ਜੱਟ ਮੁਸਲਮਾਨਾਂ ਦਾ? ਹਾਂਜੀ ਹਾਂਜੀ। ਅਤੇ ਉਦੋਂ ਹਿੰਦੂ ਸਿੱਖਾਂ ਦੇ ਕਿੰਨੇ ਘਰ ਸਨ ਪਿੰਡ 'ਚ? ਸਾਨੂੰ ਨਹੀਂ ਪਤਾ। ਨਹੀਂ ਪਤਾ। ਤੁਹਾਡੀ ਉਮਰ ਕਿੰਨੀ ਸੀ ਉਸ ਟਾਈਮ ਫਿਰ ਪਾਕਿਸਤਾਨ ਬਣਿਆ? ਛੋਟਾ ਸੀ, 46 ਦਾ ਜਨਮ ਸੀ ਮੇਰਾ। 46 ਦਾ? ਠੀਕ ਹੈ, ਤੁਹਾਨੂੰ ਸੰਭਾਲ ਨਹੀਂ ਹੋ ਦਿੰਦੀ? ਕੋਈ ਸੰਭਾਲ ਨਹੀਂ। ਠੀਕ ਹੈ, ਯਾਨੀ ਕਿ ਕੀ ਦੱਸਦੇ ਸਨ ਬਜ਼ੁਰਗ ਕਿ ਸਾਰਾ ਜੱਟ ਮੁਸਲਮਾਨਾਂ ਦਾ ਪਿੰਡ ਸੀ? ਹਾਂਜੀ ਹਾਂਜੀ ਹਾਂਜੀ। ਅਤੇ ਕਿੰਨੇ ਘਰ ਸਨ ਸਿੱਖਾਂ ਦੇ ਇੱਥੇ? ਜਾਂ ਦੇਖੇ ਨਹੀਂ ਪਤਾ ਕਿਹਾ ਤਾਂ। ਅੱਛਾ, ਵੀ ਸੁਣਿਆ ਤਾਂ ਹੋਏਗਾ, ਹਿੰਦੂ ਸਿੱਖਾਂ ਦੇ ਕਿੰਨੇ ਘਰ? ਘਰ ਕਾਫੀ ਸੀ। ਕਾਫੀ ਸੀ? ਠੀਕ ਹੈ। ਇੱਥੇ ਤਕੀਆ ਹੈ ਸੀ ਪਿੰਡ 'ਚ? ਬੋਰਡ ਅਤੇ ਤਕੀਆ, ਉਹ ਤੁਸੀਂ ਜਿਹੜੀ ਗੱਲ ਕਰਨੀ ਸੀ। ਅੱਛਾ ਜੀ, ਪਿੰਡ ਦੇ ਬਾਹਰ ਬਾਹਰ ਹੈ? ਹਾਂ, ਬਾਹਰ ਬਾਹਰ। ਠੀਕ ਹੈ, ਖੂਹ ਉਹੀ ਸੀ ਪਿੰਡ ਵਾਸਤੇ? ਖੂਹ ਪਾਣੀ ਪੀਣ ਵਾਲਾ ਪੁਰਾਣਾ? ਹਾਂਜੀ। ਨਹੀਂ ਨਹੀਂ, ਪਿੰਡ ਵਾਸਤੇ ਆ ਹੀ ਨਹੀਂ। ਹਾਂ, ਸਾਡਾ ਖੂਹ ਸੀ ਆ, ਛੋਟਾ ਜਿਹਾ, ਇੱਥੇ ਸੀ, ਇੱਥੋਂ ਪਾਣੀ ਪੀਂਦੇ ਸੀ। ਅੱਛਾ, ਚਲੋ ਵੀ ਦੇਖਦੇ ਹਾਂ। ਅੱਛਾ, ਇੱਥੇ ਦਰਬਾਰ ਹੈ ਪੀਰ ਬੁੱਧੂ ਸ਼ਾਹ? ਹਾਂਜੀ ਹੈਗਾ। ਉਹ ਕਿਸ ਪਾਸੇ ਹੈ? ਇੱਧਰ ਇੱਧਰ ਹੈ, ਹੈਗਾ ਜੀ। ਰਸਤਾ ਜਾਂਦਾ ਸਿੱਧਾ ਉੱਥੇ? ਸੜਕ ਜਾਂਦੀ ਹੈ, ਜਾਂਦੇ ਆ, ਫਿਰ ਸੜਕ ਪੱਕੀ ਜਾਂਦੀ ਹੈ। ਠੀਕ ਹੈ, ਅਤੇ ਇੱਥੇ ਕਬਰਸਤਾਨ ਸਾਨੂੰ ਦੱਸਦੇ ਇੱਧਰ ਤੱਗੜ ਵਾਲੇ ਪਾਸੇ? ਸੀਗਾ, ਹੁਣ ਬਾਅਦ ਹੋ ਗਿਆ, ਠੇਕੇ ਦੇ ਤਾਂ ਗੌਰਮੈਂਟ ਨੇ। ਅੱਛਾ ਜੀ, ਬਾਅਦ ਦੇਖਿਆ ਸੀ। ਅੱਛਾ, ਵਕਫਪੁਰ ਦੀ ਜ਼ਮੀਨ ਸੀ ਉਹ? ਹਾਂ, ਉਹ ਠੇਕੇ 'ਤੇ ਲੀਜ਼ 'ਤੇ ਦਿੱਤੀ ਕਿਸੇ ਨੂੰ ਮੁਸਲਮਾਨ ਦੀਆਂ ਕਬਰਾਂ? ਅੱਛਾ ਜੀ, ਫਿਰ ਉਹ ਹੁਣ ਹੈ ਨਹੀਂ, ਹੁਣ ਪੁੱਟਤੀਆਂ ਕਬਰਾਂ? ਪੁੱਟ ਛੜੀਆਂ, ਉੱਥੇ ਮਿੱਟੀ ਚੁੱਕ ਚੁੱਕ ਕੇ ਅਗਲਿਆਂ ਨੀਵੇਂ ਕੱਟਦੇ ਕਿੰਨੇ ਕਿੰਨੇ। ਅੱਛਾ, ਹੁਣ ਰਾਹ ਵੀ ਨਹੀਂ ਉੱਧਰ ਜਾਂਦਾ? ਅੱਛਾ, ਇੱਕ ਮਸੀਤ ਸੀ ਇਸ ਦੱਸਦੇ ਦਰਿਆ ਵਾਲੇ ਪਾਸੇ? ਉਹ ਆਪਾਂ ਨਹੀਂ ਦੇਖੀ, ਦੇਖੀ ਨਾ, ਉਹਦਾ ਪਤਾ ਲੱਗਣਾ ਹੁਣ। ਬੰਦਾ ਕੋਈ ਨਹੀਂ? ਠੀਕ ਹੈ, ਪੁਰਾਣਾ ਕੋਈ ਬੰਦਾ ਨਹੀਂ ਪਿੰਡ ਵਿੱਚ? ਪੁਰਾਣਾ ਬੰਦਾ ਕੋਈ? ਅੱਛਾ, ਦੱਸਦੇ ਸੀ ਕਿ ਤੁਹਾਡੇ ਪੁਰਾਣੇ ਬਜ਼ੁਰਗ ਦੱਸਦੇ ਆ ਕਿ ਪਹਿਲਾਂ ਪਿੰਡ ਜਿਹੜਾ ਦਰਿਆ ਤੋਂ ਪਾਰ ਸੀ? ਹਾਂਜੀ, ਸਾਡਾ ਪਿੰਡ ਕਹਿੰਦੇ ਗੱਲਾਂ ਕਰਦੇ ਸੀ। ਹਾਂਜੀ, ਦਰਿਆ ਦੇ ਵਿੱਚ ਗੱਭੇ ਪਿੰਡ ਸੀਗੇ, ਉੱਥੇ ਜਿੱਥੇ ਜਿੱਥੇ ਕਈ ਜ਼ਮੀਨ ਸੀ ਉੱਥੇ ਉੱਥੇ ਮਕਾਨ ਪਾ ਲਏ। ਅੱਛਾ ਜੀ, ਇਹ ਬਾਅਦ ਵਿੱਚ ਪਿੰਡ ਦਰਿਆ ਤੋਂ ਇੱਧਰ ਆ ਗਿਆ? ਹਾਂਜੀ। ਠੀਕ, ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਨੇ ਤੁਹਾਡੇ ਪਿੰਡ ਦੇ? ਸਾਡੇ ਤਗੜਾ, ਜਾਦਪੁਰ ਜੱਟਾਂ, ਹਾਂਜੀ, ਇੱਧਰ ਤਤੂਰਾ, ਠੀਕ ਹੈ ਜੀ, ਤਲਵਾਰ, ਚੰਟਾ, ਨਸ਼ਹਿਰਾ, ਇੱਧਰ ਫਰੀਕਾ ਆ ਗਿਆ, ਹਾਂਜੀ ਹੋ ਗਈਆਂ, ਠੀਕ ਹੈ ਜੀ, ਇੱਧਰ ਆਪਣੇ ਕਾਲੇ ਬਾਗ, ਹਾਂਜੀ, ਘੱਲੀਆਂ, ਮੌਲੀ ਮਹਿੰਦੀ, ਇਹ ਅਲੱਗ ਅਲੱਗ ਪਿੰਡ ਨੇ। ਠੀਕ ਹੈ,
ਜੇ ਤੁਸੀਂ ਹੋਸ਼ ਸੰਭਾਲੀਏ ਤੇ ਪੁਰਾਣੀ ਕੋਈ ਬਿਲਡਿੰਗ ਸੀ ਕਿਤੇ? ਕੋਈ ਨਹੀਂ, ਕੋਈ ਨਹੀਂ, ਮਕਾਨ ਹੀ ਇੱਥੇ ਪਾਏ ਕਿ? ਅੱਛਾ, ਕੱਚੇ ਸਾਰੇ? ਕੱਚੇ, ਪੱਕੇ ਨਹੀਂ ਸਨ? ਤੇ ਦਰਿਆ ਦੇ ਪਾਣੀ ਚੜ੍ਹ ਜਾਂਦਾ ਸੀ ਇੱਥੇ? ਹੜਾਂ ਦਾ ਚੜ੍ਹਦਾ ਚੜ੍ਹਦਾ ਸੀ। ਉਹ ਪਿੰਡ ਦੀ ਪੁਰਾਣੀ ਨਿਸ਼ਾਨੀ ਹੁਣ ਬਚੀ ਹੈ ਕੋਈ? ਉਸ ਪਿੰਡ ਦੀ? ਇਸ ਪਿੰਡ ਦੀ ਕੋਈ ਨਹੀਂ। ਨਹੀਂ, ਖੂਹ ਵੀ ਹੈਨੀ ਹੁਣ? ਖੂਹ ਇਹ ਹੈਨੀ, ਬਾਹਰ ਨਲਕੇ ਲੱਗੇ ਸਾਡੇ। ਅੱਛਾ ਜੀ, ਹੁਣ ਕਿਆ ਟੂਟੀਆਂ ਪਾਣੀ, ਟੂਟੀ ਦਾ ਪਾਣੀ। ਠੀਕ ਹੈ, ਬਸ ਉਹੀ ਪੁਰਾਣੀ ਜਿਹੜੀ ਦਰਗਾਹ ਇੱਕ ਪੀਰ ਬੁੱਧੂ ਸ਼ਾਹ ਦੀ, ਉਹ ਹੀ ਆ ਭਾਜੀ, ਉਹ ਹੀ ਆ। ਬਾਕੀ ਸਕੂਲ ਪੁਰਾਣਾ ਕਿਹੜਾ? ਜਿਹੜਾ ਖੁੱਲ ਨਵੇਂ, ਇਹ ਨਵਾਂ ਬਣਿਆ ਸਕੂਲ, ਨਵੇਂ ਆ। ਠੀਕ ਹੈ ਜੀ, ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਪੁਰਾਣੇ ਪਿੰਡ ਹੋਏਗਾ ਜਿਹੜਾ ਦਰਿਆ ਦੇ ਵਿੱਚ ਆ ਗਿਆ, ਉੱਥੇ ਬੋੜਾਂ ਹੋਣਗੀਆਂ? ਹੈ ਅਜੇ ਵੀ ਨਾ, ਉਹ ਦਰਿਆ ਦੇ ਵਿੱਚ ਆ ਗਈਆਂ ਹੁਣ। ਠੀਕ ਹੈ, ਕਿੱਥੇ? ਠੀਕ ਹੈ। ਅੱਛਾ, ਆਇਆ ਸੀ ਖੂਹ? ਇਹ ਖੂਹ ਅਸੀਂ ਲਾਇਆ ਸੀ। ਇਹ ਸਾਡਾ ਥਾਂ ਇੱਧਰ ਜਿੱਦਾਂ ਦੂਰ ਤੱਕ ਚੱਲ ਗਿਆ। ਕਿੰਨੇ ਘਰਾਂ ਦਾ ਪਿੰਡ ਹੈ? ਕਿੰਨੇ ਘਰਾਂ ਦਾ ਪਿੰਡ ਹੈ? 70-80 ਹੋਣਗੇ ਅੰਦਾਜ਼ਾ ਮੇਰੇ। ਹੈ ਨੇ, ਇਹ ਪਾਕਿਸਤਾਨ ਆਏ ਨੇ ਸਾਰੇ? ਹਾਂਜੀ। ਕਿੱਥੋਂ ਆਏ ਨੇ? ਸਿਆਲਕੋਟ ਚੋਂ? ਇਹ ਨਹੀਂ ਪਤਾ ਕਿੱਥੋਂ ਆਏ। ਅੱਛਾ, ਠੀਕ ਹੈ। ਤੇ ਹੁਣ ਜੱਟ ਹੈ ਨੇ ਇੱਥੇ? ਹੁਣ ਜੱਟਾਂ ਦੇ ਘਰ ਹੈ ਨੇ? ਜੱਟਾਂ ਦੇ ਘਰ ਹੈਗੇ ਆ ਜਿਹੜੇ ਉਧਰੋਂ ਪਾਕਿਸਤਾਨ ਨੂੰ ਆਏ ਨੇ? ਆਹੋ, ਠੀਕ, ਉਹ ਹੈ ਨੇ। ਕੋਈ ਪੁਰਾਣਾ ਉੱਥੋਂ ਸਿਆਣਾ ਕੋਈ ਹੈ ਬਜ਼ੁਰਗ? ਸਿਆਣਾ ਬਜ਼ੁਰਗ ਹੈ ਨਹੀਂ ਕੋਈ ਵੀ, ਹੁਣ ਖਤਮ ਹੋ ਗਏ ਨੇ। ਸਾਡੀ ਉਮਰ ਦੇ ਹੋਣਗੇ ਹੋਣਗੇ। ਠੀਕ ਹੈ, ਇਹ ਤੋਂ ਵੱਧ ਹੈ ਨਹੀਂ ਕੋਈ ਵੀ। ਠੀਕ। ਅੱਛਾ, ਇਹ ਦੱਸੋ ਇਸ ਪਿੰਡ ਦੇ ਲਾਗੇ ਕਿਹੜਾ ਕੁਝ ਸਕੂਲ ਪੈਂਦਾ ਜਿੱਥੇ ਜਾਂਦੇ ਸੀ ਪੜ੍ਹਨ? ਮਕੇਰੀਆ ਸਕੂਲ ਸੀ। ਬਸ ਹੋਰ ਕੋਈ ਨਹੀਂ ਸੀ? ਨਸ਼ਹਿਰੇ ਚੌਥੀ ਉੱਥੇ ਕੀਤੀ ਹੈ ਜੀ। ਅੱਛਾ ਜੀ, ਚਾਰ ਜਮਾਤ ਉੱਥੇ ਕੀਤੀਆਂ ਨਸ਼ਹਿਰੇ। ਹਾਂ, ਫਿਰ ਮਕੇਰੀਆ ਮਕੇਰੀਆਂ ਪੜ੍ਹਨ ਗਏ। ਕਿੰਨੇ ਮੀਲ ਪੈਂਦਾ ਮਕੇਰੀਆਂ, ਕਿੰਨੇ ਕਿਲੋਮੀਟਰ ਹੈ? 8 ਕਿਲੋਮੀਟਰ। ਪੈਦਲ ਜਾਂਦੇ ਰਹੇ? ਹਾਂ, ਪੈਦਲ ਬੜੇ ਆਰਾਮ ਨਾਲ ਜਾਂਦੇ ਰਹੇ। ਅੱਛਾ, ਕੱਚਾ ਰਸਤਾ ਹੁੰਦਾ ਸੀ? ਪੈ ਕੱਚਾ ਹੀ ਰਾਹ? ਕੱਚਾ ਹੀ ਰਾਹ ਚ ਗੰਨੇ ਹੋਣੇ ਪਲ ਲੈਣੇ ਚੱਲ ਜਾਣ, ਚੋਰ ਦੇ ਆ ਜਾਣ। ਅੱਛਾ, ਕੋਈ ਮਲੂਮ ਨਹੀਂ ਸੀ ਹੁੰਦਾ, ਠੰਡੇਵਾ ਕੋਈ ਨਹੀਂ, ਅੱਜ ਥਕਾਵਟ ਨਹੀਂ ਸੀ ਹੁੰਦੀ ਰਾਜ ਗੰਨੇ ਚੁੱਪ ਜਾਣਾ ਤਾਂ ਜਾ। ਫਿਰ ਵੀ 8 ਕਿਲੋਮੀਟਰ ਤੇ ਅੱਧਾ ਘੰਟਾ ਲੱਗ ਜਾਂਦਾ ਪੈਦਲ? ਵੱਧ ਲੱਗਦਾ ਹੁਣ, ਵੱਧ ਲੱਗਦਾ ਸੀ। ਸਕੂਲ ਹੀ ਪੜ੍ਹਦੇ ਪਾਸੇ ਆ ਆਰੀਆ ਸਕੂਲ? ਤੂੰ ਨਹੀਂ ਦੇਖਿਆ ਹੁਣ? ਨਹੀਂ। ਫਿਰ ਪਿੰਡ 'ਚ ਤੁਸੀਂ ਪੜ੍ਹੇ ਇਕੱਲੇ? ਹਾਂਜੀ, ਨਾ ਬਾਅਦ 'ਚ ਤਾਂ ਪੜ੍ਹ ਗਏ ਸਾਰੇ। ਅੱਛਾ, ਉਦੋਂ ਫਿਰ ਇਕੱਲੇ? ਉਦੋਂ ਮੈਂ ਉਹ ਇਕੱਲਾ ਜਾਂਦਾ। ਅੱਛਾ ਜੀ, ਕਿੰਨੀ ਪੜ੍ਹਾਈ ਕੀਤੀ ਹੈ? 11ਵੀਂ। ਅੱਛਾ, 11 ਤੱਕ ਪੜ੍ਹੇ ਹੋ? ਹਾਂ, ਸੈਕੰਡਰੀ ਸ਼ੁਰੂ ਹੋਈ ਸੀ ਉਦੋਂ। ਅੱਛਾ ਜੀ, ਉਦੋਂ ਸਾਡੇ ਪਿੰਡ ਸਾਡੇ ਸਕੂਲੇ ਆਰ ਸਕੂਲੇ ਸ਼ੁਰੂ ਹੋਈ ਸੀ। ਪੁਰਾਣੀਆਂ 11 ਡਬਲ ਐਮਏ ਦੇ ਬਰਾਬਰ ਹੈ। ਠੀਕ ਹੈ।
ਪਹਿਲੇ ਵੀ ਸਾਡੇ ਕੋਲ ਸ਼ੇਵ ਕਰਾਉਂਦੇ ਸੀ। ਅੱਛਾ ਬਾਬੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਸ਼ੁਭ ਨਾਮ ਆਪਣਾ ਜੀ? ਮਨਸ਼ਾ ਰਾਮ। ਮਨਸ਼ਾ ਰਾਮ, ਤੁਸੀਂ ਐਸੇ ਪਿੰਡ ਦੇ ਰਹਿਣ ਵਾਲੇ ਹੋ? ਪਾਕਿਸਤਾਨ ਤੋਂ ਆਏ ਹੋ? ਪਾਕਿਸਤਾਨ ਤੋਂ ਆਏ ਹਾਂ। 1947 ਚ ਪਾਕਿਸਤਾਨ ਤੋਂ ਆਏ ਹੋ? ਕਿਹੜਾ ਪਿੰਡ ਸੀ ਪਾਕਿਸਤਾਨ ਚ? ਸਿੱਧੜਾ। ਸਿੱਧੜਾ, ਹਾਂਜੀ। ਇਹ ਕਿੱਥੇ ਪੈਂਦਾ ਸੀ? ਇਹ ਵੀ ਚਪਰਾੜ ਦੇ ਲੱਗੇ ਪੈਂਦਾ, ਇਹ ਡਾਕਖਾਨਾ ਚਪਰਾੜ ਪੈਂਦਾ ਸੀ ਸਾਡਾ। ਠੀਕ ਹੈ, ਡੋਗਰਾਂ ਦੇ ਪਿੰਡਾਂ ਵਿੱਚ? ਹਾਂਜੀ, ਜੰਮੂ ਵਾਲੇ ਪਾਸੇ। ਹਾਂਜੀ ਹਾਂਜੀ, ਬਾਰਡਰ ਦੇ ਨਾਲ। ਬਾਰਡਰ ਦੇ ਨਾਲ ਹੀ ਪੈਂਦਾ ਚਪਰਾੜ? ਠੀਕ ਹੈ। ਤੇ ਕਿਹੜੀ ਬਰਾਦਰੀ ਆਪਣੀ? ਜੱਟ। ਕਿਹੜੀ ਗੋਤ ਆਪਣੀ? ਅਤਰੀ ਗੋਤ। ਅਤਰੀ? ਹਾਂਜੀ। ਅੱਛਾ ਜੀ, ਅਤਰੀ ਗੋਤ ਵੀ ਹੈ ਜੱਟਾਂ ਚ? ਹਾਂਜੀ। ਅੱਛਾ ਜੀ, ਅਤਰੀ ਵੈਸੇ ਹੁੰਦੀ ਖੱਤਰੀਆਂ ਚ ਜਾਂ ਬ੍ਰਾਹਮਣਾਂ ਚ ਹੁੰਦੀ ਹੈ। ਹਾਂਜੀ, ਇਹ ਤੇ ਬਹੁਤ ਪਹਿਲੇ ਜਦੋਂ ਕਿਤੇ ਬਣੀਆਂ ਸੀ, ਬਾਅਦ ਤੇ ਫਿਰ ਇਹਨਾਂ ਮਨੂ ਸਮਰੀਤੀ ਤੇ ਹੋਰ ਬੜਾ ਕੁਝ ਬਣਿਆ ਹੋਇਆ ਤੇ ਗੋਤਰ ਪੁਰਾਣੇ ਰਿਸ਼ਤਿਆਂ ਤੇ ਤੁਰੀ ਆ ਰਹੀ। ਠੀਕ ਹੈ। ਜਦੋਂ ਤੁਸੀਂ ਆਹ ਪਿੰਡ ਚ ਆਏ, ਇਹ ਪਿੰਡ ਕੀ ਨਾਂ ਪਿੰਡ ਦਾ? ਹਾਂ, ਜਾਦਪੁਰ ਜੱਟਾਂ। ਹਾਂਜੀ, ਕੀ ਵੇਖੇ, ਕਿਹੋ ਜਿਹਾ ਪਿੰਡ ਸੀ ਉਦੋਂ? ਇਹ ਮੈਨੂੰ ਨੀ ਪਤਾ ਕਿੱਦਾਂ ਦਾ ਸੀ, ਮੈਂ ਸਨ 70 ਚ ਆਇਆ। ਅੱਛਾ, ਬਾਅਦ 70 ਚ ਆਏ ਹੋ? ਸਾਨੂੰ ਜਿਹੜੀ ਸਾਡੀ ਪ੍ਰੋਪਰਟੀ ਸੀ ਪਾਕਿਸਤਾਨ ਚ, ਹਾਂਜੀ, ਸਾਡੇ ਗ੍ਰਾਉਂਡ ਫਾਦਰ ਦਾ ਨਾਂ ਗਲਤ ਸੀ, ਇੰਟਰ ਹੋ ਗਿਆ। ਉਹ ਫਿਰ ਕਾਗਜ਼ ਮੰਗਵਾ ਕੇ ਤੇ 1968 ਦੇ ਵਿੱਚ ਸਾਨੂੰ ਇੱਥੇ ਅਲਾਟਮੈਂਟ ਹੋਈ ਤੁਹਾਨੂੰ? 70 ਚ ਅਸੀਂ ਇੱਥੇ ਆਏ। ਅੱਛਾ, ਕੱਚੀ ਕਿੱਥੇ ਹੋਈ ਸੀ? ਕੱਚੀ ਪਹਿਲੇ ਕੱਲ੍ਹ ਨੂੰ ਆਉਣ ਹੋਈ, ਗੁਰਦਾਸਪੁਰ ਜ਼ਿਲ੍ਹੇ ਚ। ਹਾਂਜੀ, ਠੀਕ। ਅੱਛਾ, ਜਦੋਂ 68 ਚ ਆਏ ਫਿਰ ਕਿਹੋ ਜਿਹਾ ਪਿੰਡ ਸੀ? ਪੱਕਾ ਹੋ ਗਿਆ ਸੀ ਉਦੋਂ ਕਿ ਕੱਚਾ ਸੀ? ਕੱਚੇ ਘਰ ਸਨ ਸਾਰੇ? ਕੀ ਪਿੰਡ ਘਰ ਕੱਚੇ ਸਨ ਜਦੋਂ ਆਏ ਕਿ ਪੱਕੇ ਹੋ ਬਣ ਗਏ ਸਨ? ਉਹਲੇ ਮੋਸਟਲੀ ਕੱਚੇ ਸੀ। ਅੱਛਾ, ਕੱਚੇ। ਕਿਸੇ ਕਿਸੇ ਦੇ ਸੀ, ਦੋ ਚਾਰ ਘਰ ਹੋਣੇ ਜਿਹੜੇ ਪੱਕੇ ਸੀ, ਸਾਰੇ ਕੀ ਨਾ ਛੱਤਾਂ ਜਿਹੜੀਆਂ ਕੱਚੀਆਂ ਸੀ। ਠੀਕ ਹੈ। ਅੱਛਾ, ਬੋਰਡ ਦਾ ਰੁੱਖ ਕਿੱਥੇ ਸੀ ਇੱਥੇ? ਬੋਰਡ ਬੋਰਡ ਇੱਕ ਇੱਥੇ ਵੀ ਸੀਗੀ। ਅੱਛਾ, ਆਖੂ ਦੇ ਕੋਲ ਕੋਈ ਬੋਰਡ ਨਹੀਂ? ਇੱਥੇ ਨਹੀਂ ਬੋਰਡ। ਹਾਂ, ਬੋਰਡ ਦਾ ਨਹੀਂ ਮਿਲਦਾ ਸਾਡੇ ਪਿੰਡ, ਬੋਰਡ ਕੋਈ ਨਹੀਂ ਸੀ। ਨਹੀਂ, ਬੋਰਡ ਦਾ ਨਹੀਂ ਮਿਲਦਾ। ਅੱਛਾ, ਜਿਹੜਾ ਤਕੀਆ ਕਹਿੰਦੇ ਉੱਥੇ ਬੋਰਡ ਸੀ? ਹਾਂ, ਜਿਹੜਾ ਮਾਰਾ ਬਾਬਾ ਤਕੀਆ ਇੱਧਰ। ਅੱਛਾ ਜੀ, ਨਾਲੋਂ ਪਾਰ ਉੱਥੇ ਬੋਰਡ ਹੈ। ਉੱਥੇ ਬੋਰਡ ਬਹੁਤ ਤਗੜੀ ਹੈ। ਠੀਕ ਹੈ। ਤੁਹਾਨੂੰ ਪਿੰਡ ਦੀ ਸੰਭਾਲ ਹੈ ਜਿਹੜਾ ਪਾਕਿਸਤਾਨ ਵਾਲਾ? ਹਾਂਜੀ, ਪੂਰੀ ਸੰਭਾਲ। ਪੂਰੀ ਸੰਭਾਲ, ਚਲੋ ਉਹਦੇ ਬਾਰੇ ਲਾਗੇ ਤੱਕ ਪੁੱਛਾਂਗੇ। ਨਾਨਕੇ ਪਿੰਡ ਦੀ ਪਲੌੜੇ ਦੀ ਸੰਭਾਲ ਹੈ। ਅੱਛਾ, ਨਾਨਕਾ ਪਲੌੜੇ ਚਨਾਹ ਦੇ ਉੱਤੇ ਡੈਮ ਬਣਿਆ ਹੈ। ਹਾਂਜੀ, ਉਸ ਡੈਮ ਦੀ ਸੰਭਾਲ ਹੈ। ਉਹਦੇ ਅੱਗੇ ਇੱਕ ਸਿੰਬਲੀ ਪਿੰਡ ਸੀ, ਉੱਥੇ ਵੀ ਮੈਂ ਗਿਆ ਸੀ ਇੱਕ ਕੱਠ ਦੇ ਵਿੱਚ। ਵਾਹ ਜੀ ਵਾਹ। ਅੱਛਾ ਜੀ, ਪੂਰਨ ਦਾ ਖੂਹ ਮੈਂ ਬੜੇ ਵਾਰੀ ਦੇਖਿਆ, ਸਾਡੇ ਮਾਮੇ ਦੀ ਪੈਰੀਆਂ ਦੇ ਨਾਲ ਸੀ। ਠੀਕ ਹੈ। ਟਾਲੀ ਸਾਹਿਬ ਗੁਰਦੁਆਰਾ ਸੀ ਸਾਡੇ ਦੇ ਵੀ, ਬੜੀ ਉੱਥੇ ਵੀ ਜਾਂਦੇ ਰਹੇ ਹੋ? ਮਾਨਤਾ ਸੀ ਮੇਰੇ ਵੱਡੇ ਭਾਈ ਸਾਹਿਬ ਹੈ, ਉੱਥੇ ਵੀ ਸੁੱਖਣਾ ਸੀਗੇ। ਠੀਕ ਹੈ। ਮਹਾਰਾਜ ਨੇ ਆਪਣੇ ਰਾਜ ਬਖਸ਼ੀ ਮਾਤਾ ਜੀ। ਅਤੇ ਮੈਂ ਹੁਣ ਪਹੁੰਚ ਗਿਆ ਜੀ ਪਿੰਡ ਦੇ ਲਹਿੰਦੇ ਬਿਲਕੁਲ ਦਰਿਆ ਦੇ ਕੰਢੇ, ਅਤੇ ਦਰਿਆ ਦੇ ਕੰਢੇ ਤੋਂ ਪਿੰਡ ਦਾ ਵਿਊ ਇਹ, ਇੱਕ ਕੁਛ ਘਰ ਨੇ, ਇਹ ਹਟਵਾਂ, ਇਹ ਹਟਵੀਂ ਪੱਤੀ ਹੈ, ਅਤੇ ਜਾਹਦਪੁਰ ਜੱਟਣਾ ਨਵਾਂ ਇਸ ਤੋਂ ਹਟਵਾਂ, ਅਤੇ ਇੱਧਰ ਹੈ ਦਰਿਆ ਬਿਆਸ, ਇਹ ਹੈ ਦਰਿਆ ਬਿਆਸ ਜੀ। ਅਤੇ ਜਾਹਦਪੁਰ ਜੱਟਾਂ ਦੀ ਲਹਿੰਦੀ ਪੱਤੀ ਬਿਲਕੁਲ ਦਰਿਆ ਦੇ ਕੰਢੇ 'ਤੇ, ਅਤੇ ਦਰਿਆ ਤੋਂ ਪਾਰ ਜ਼ਿਲ੍ਹਾ ਗੁਰਦਾਸਪੁਰ, ਠਾਠਾ ਮਾਰਦਾ ਹੋਇਆ ਦਰਿਆ ਬਿਆਸ, ਜਿਸ ਤਰ੍ਹਾਂ ਕਿ ਪਿੰਡ ਦੇ ਬਜ਼ੁਰਗਾਂ ਨੇ ਦੱਸਿਆ ਕਿ ਪੁਰਾਣਾ ਪਿੰਡ ਜਾਹਦਪੁਰ ਜੱਟਾਂ ਦਰਿਆ ਬੁਰਦ ਹੋ ਚੁੱਕਾ ਹੈ, ਦਰਿਆ ਦੇ ਵਿਚਕਾਰ ਆ ਚੁੱਕਾ ਹੈ। ਨਕਸ਼ੇ ਵਿੱਚ ਵੀ
ਇਹ ਜਿਹੜਾ ਹੈ ਬਿਆਸ ਦਰਿਆ ਤੋਂ ਪਾਰ ਵਿਖਾਇਆ ਗਿਆ ਹੈ, ਲੇਕਿਨ ਮੌਕੇ 'ਤੇ ਇਹ ਦਰਿਆ ਤੋਂ ਆ ਰਹੀ ਹੈ। ਅਤੇ ਇਹ ਕੁਛ ਘਰ 10-12 ਮੇਨ ਪਿੰਡ ਤੋਂ ਥੋੜ੍ਹੇ ਹਟਵੇਂ, ਬਿਲਕੁਲ ਦਰਿਆ ਦੇ ਕੰਢੇ। ਮੈਂ ਇਸ ਵਕਤ ਖਲੋਤਾ ਹਾਂ ਪਿੰਡ ਤਗੜ ਕਲਾਂ ਔਰ ਜਾਹਿਦਪੁਰ ਜੱਟਾਂ ਦੇ ਘਰ ਸਾਹਮਣੇ, ਜਾਹਿਦਪੁਰ ਜੱਟਾਂ, ਅਤੇ ਮੇਰੀ ਬੈਕ ਸਾਈਡ ਹੈ ਪਿੰਡ ਤਗੜ। ਜਿਵੇਂ ਕਿ ਬਜ਼ੁਰਗ ਨੇ ਦੱਸਿਆ ਹੈ ਕਿ ਸਾਡੀਆਂ ਜਿਹੜੀਆਂ ਕਬਰਾਂ ਸਾਂਝੀਆਂ ਸਨ ਤਗੜ ਕਲਾਂ ਔਰ ਜਾਹਿਦਪੁਰ ਜੱਟਾਂ ਦੀਆਂ ਬਿਲਕੁਲ ਪਿੰਡ ਦੇ ਵਿਚਕਾਰ, ਅਤੇ ਉਹ ਵੀ ਲੱਭਣ ਦੀ ਕੋਸ਼ਿਸ਼ ਕਰਾਂਗੇ। ਲੇਕਿਨ ਸਭ ਕੁਛ ਬਦਲ ਗਿਆ ਹੈ, ਖੇਤ ਹੀ ਖੇਤ ਨਜ਼ਰ ਆ ਰਹੇ ਹਨ, ਅਤੇ ਇਹ ਝੜੀ ਨਜ਼ਰ ਆ ਰਹੀ ਹੈ ਬਿਲਕੁਲ ਤਗੜ ਕਲਾਂ ਦੇ ਕੋਲ। ਇੱਥੇ ਇੱਕ ਹਰੀ ਬਿਲਡਿੰਗ ਨਜ਼ਰ ਆ ਰਹੀ ਹੈ, ਦੱਸਦੇ ਹਾਂ ਇਹਦੀ ਖਾਨਗਾਹ ਹੈ ਔਰ ਇਹ ਹੈ ਤਗੜ ਕਲਾਂ। ਤਗੜ ਕਲਾਂ ਤੋਂ ਜਿਹੜਾ ਪੁਰਾਣਾ ਰਸਤਾ ਆਉਂਦਾ ਸੀ ਜਾਹਿਦਪੁਰ ਜੱਟਾਂ, ਉਸਦੇ ਉੱਤੇ ਹੀ ਸਨ ਕਬਰਾਂ। ਰਸਤਾ ਕੋਈ ਇੱਧਰ ਨਹੀਂ ਹੈ, ਉਹ ਵੀ ਤੁਹਾਨੂੰ ਦੂਸਰੇ ਪਾਸਿਓਂ ਤੱਗੜ ਕਲਾਂ ਵਾਲੇ ਪਾਸੇ ਜਾ ਕੇ ਵਿਖਾਉਣ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਆਓ ਚੱਲਦੇ ਹਾਂ ਪਿੰਡ। ਸਾਹਮਣੇ ਪਿੰਡ ਜਾਹਦਪੁਰ ਜੱਟਾਂ, ਲਹਿੰਦੇ ਵਾਲੇ ਪਾਸਿਓਂ ਵਿਊ ਇਸਦਾ, ਔਰ ਇਹ ਬਿਲਕੁਲ ਦਰਿਆ ਦੇ ਕੰਢੇ ਕੁਛ ਘਰ। ਇਹ ਪੱਤੀ ਵੀ ਜਾਹਦਪੁਰ ਜੱਟਾਂ ਦੀ ਦੱਸੀ ਜਾ ਰਹੀ ਹੈ। ਜਾਹਦਪੁਰ ਜੱਟਾਂ ਦੀਆਂ ਹੁਣ ਕਈ ਬਸਤੀਆਂ ਬਣੀਆਂ ਹੋਈਆਂ, ਕਈ ਢਾਣੀਆਂ ਬਣੀਆਂ ਹੋਈਆਂ। ਇੱਕ ਢਾਣੀ ਇਹ ਹੈ, ਜਾਹਿਦਪੁਰ ਜੱਟਾਂ ਲਹਿੰਦੇ ਵਾਲੇ ਪਾਸਿਓਂ ਪਿੰਡ ਦਾ ਵਿਊ, ਅਤੇ ਇਹ ਤਾਂ ਛੱਪੜ ਰਿਹਾ ਹੋਏਗਾ।
ਪਿੰਡ ਜਾਹਦਪੁਰ ਜੱਟਾਂ ਦਾ ਚੜ੍ਹਦਾ ਪਾਸਾ ਅਤੇ ਚੜ੍ਹਦੇ ਪਾਸੇ ਦਾ ਵਿਊ ਪਿੰਡ ਦਾ। ਸਰ ਜਾ ਰਹੀ ਹੈ ਨਸ਼ਹਿਰਾ ਪੱਤਣ ਵੱਲੋਂ, ਇੱਧਰ ਹੈ ਪਿੰਡ ਕਾਲੇ ਬਾਗ। ਇਹ ਸਾਰਾ ਪਿੰਡ ਜਾਹਦਪੁਰ ਜੱਟਾਂ ਹੈ। ਸਾਹਮਣੇ ਸਕੂਲ ਵੀ ਨਜ਼ਰ ਆ ਰਿਹਾ ਹੈ। ਅਤੇ ਮੈਂ ਹੁਣ ਪਹੁੰਚਿਆ ਜੀ, ਜਿਸ ਤਰ੍ਹਾਂ ਕਿ ਬਜ਼ੁਰਗਾਂ ਨੇ ਦੱਸਿਆ ਕਿ ਸਾਡੇ ਮੁਰੱਬੇ ਵਿੱਚ ਸਾਡੀ ਪਿਆਰੀ ਹੋਈ ਸੀ ਦਰਗਾਹ ਪੀਰ ਬਾਬਾ ਬੁੱਧੂ ਸ਼ਾਹ ਦੀ, ਅਤੇ ਇਹ ਹੈ ਦਰਗਾਹ ਅਤੇ ਇੱਧਰ ਪਿੰਡ ਹੈ ਤੰਦੂਵਾਲ। ਦੱਸਦੇ ਹਾਂ, ਜ਼ਮੀਨ ਤਾਂ ਪਿੰਡ ਜਾਹਦਪੁਰ ਜੱਟਾਂ ਦੀ ਹੈ, ਲੇਕਿਨ ਨਜ਼ਦੀਕ ਪਿੰਡ ਹੈ ਤੰਦੂਵਾਲ ਅਤੇ ਇੱਧਰ ਦਰਿਆ ਬਿਆਸ, ਅਤੇ ਬਿਲਕੁਲ ਬਿਆਸ ਦਰਿਆ ਦੇ ਕੰਢੇ ਪੀਰ ਦਾ ਦਰਬਾਰ, ਪੀਰ ਬਾਬਾ ਬੁੱਧੂ ਸ਼ਾਹ ਜੀ। ਆਓ ਚੱਲਦੇ ਹਾਂ, ਕਰਾਉਂਦੇ ਹਾਂ ਤੁਹਾਨੂੰ ਉਸਦੇ ਦਰਸ਼ਨ। ਇਸ ਪੀਰ ਦੇ ਦਰਬਾਰ 'ਤੇ ਹੁਣੇ ਹੁਣੇ 7 ਜੂਨ ਨੂੰ ਮੇਲਾ ਲੱਗ ਕੇ ਹਟਿਆ ਹੈ। ਇੱਥੇ ਲਿਖਿਆ ਹੋਇਆ ਹੈ, ਜੈ ਬਾਬਾ ਬੁੱਧੇ ਸ਼ਾਹ ਜੀ ਦਾ ਸਾਲਾਨਾ ਭੰਡਾਰਾ, ਮਿਤੀ 7 ਜੂਨ, ਪਿੰਡ ਬਸਤੀ ਬਾਗ ਜਾਹਦਪੁਰ ਜੱਟਾਂ ਮਕਈਆਂ। ਦਰਬਾਰ ਪੀਰ ਬੁੱਧੇ ਸ਼ਾਹ ਜੀ, ਬਿਲਕੁਲ ਦਰਿਆ ਬਿਆਸ ਦੇ ਕੰਢੇ 'ਤੇ, ਇਹਦੇ ਨਾਲ ਖਿੰਦਾ ਹੋਇਆ ਦਰਿਆ ਬਿਆਸ ਗੁਜ਼ਰਿਆ ਹੈ। ਲਗਭਗ ਪਿੰਡ ਤੋਂ ਕੋਈ 1.5 ਕਿਲੋਮੀਟਰ ਦੂਰ ਇਹ ਪੀਰ ਦਾ ਦਰਬਾਰ
ਪੀਰ ਬੁੱਧੇ ਸ਼ਾਹ ਜੀ। ਜੈ ਬਾਬਾ ਬੁੱਧੇ ਸ਼ਾਹ। ਇਹ ਹੈ ਜੀ ਪੀਰ ਦੇ ਦਰਬਾਰ ਦਾ ਪੁਰਾਤਨ ਖੂਹ, ਪੁਰਾਣਾ ਖੂਹ ਹੈ। ਇਸ ਦੇ ਅੰਦਰ ਪੁਰਾਣੀਆਂ ਇੱਟਾਂ ਹੀ ਲੱਗੀਆਂ ਨਜ਼ਰ ਆ ਰਹੀਆਂ ਹਨ। ਇਹ ਦੇਖੋ ਇਹ ਹੇਠਾਂ ਪੁਰਾਣੀਆਂ ਇੱਟਾਂ, ਸਰਹੱਦੀ ਇੱਟਾਂ, ਉੱਤੇ ਨਵੀਆਂ ਇੱਟਾਂ ਦੀ ਚਿਣਾਈ ਹੈ। ਤੁਹਾਡਾ ਨਾਂ ਕੀ ਹੈ? ਸੇਵਾਦਾਰ ਹੋ ਤੁਸੀਂ ਇੱਥੇ? ਹਾਂਜੀ ਹਾਂਜੀ। ਕੀ ਸ਼ਬਦ ਨਾਮ ਤੁਹਾਡਾ? ਨਾਮ ਓਮ ਪ੍ਰਕਾਸ਼ ਸਰਪੰਚ। ਅੱਛਾ, ਤੁਸੀਂ ਇਸ ਪਿੰਡ ਦੇ ਤੁਰ ਦੇ ਸਰਪੰਚ ਹੋ? ਹਾਂਜੀ ਹਾਂਜੀ, ਇਹ ਜਦੋਂ ਦਾ ਪਿੰਡ ਪੰਚਾਇਤ ਵਾ, ਇਹ ਯਾਦਪੁਰ ਜੱਟਾਂ ਸਾਡੀ। ਅੱਛਾ ਜੀ। ਉੱਚੋਂ ਪੰਚਾਇਤ ਵੱਖਰੀ ਕਰਾਈ ਹੈ ਤੁਰਾਂ ਦੀ? ਇਹ ਨਹੀਂ, ਬਾਗਾਂ ਦੀ। ਬਾਗਾਂ ਦੀ ਪਿੰਡ ਬਾਗ ਕਿੱਥੇ ਤੁਸੀਂ ਇੱਥੇ? ਇਹ ਬਾਗ ਜਿਹੜਾ ਪਿੰਡ ਬਣਿਆ, ਇੱਥੇ ਸਾਰੇ ਅੰਬ ਹੀ ਅੰਬ ਹੁੰਦੇ ਸੀ। ਅੱਛਾ, ਤਕੜਾ ਬਾਗ ਸੀ ਅੰਬਾਂ ਦਾ। ਅੱਛਾ ਜੀ, ਇੱਥੇ ਰਕਬੇ 'ਚ? ਹਾਂਜੀ, ਸਾਡੇ ਅਸੀਂ ਖੁਦ ਹੀ ਵਧਾਇਆ ਜੀ। ਵਢਾ ਕੇ ਤੇ ਮੁੜ ਕੇ ਫਿਰ ਪਲਾਟ, ਜਿਵੇਂ ਜਿਵੇਂ ਘਰ ਵੱਧਦੇ ਗਏ, ਉਹ ਪਲਾਟ ਕੱਟ ਕੱਟ ਕੇ ਘਰ, ਹੁਣ ਕਲੋਨੀਆਂ ਮਕਾਨ। ਇਸ ਇਲਾਕੇ ਦਾ ਨਾਂ ਰੱਖਿਆ ਬਾਗ ਬਸਤੀ। ਹਾਂਜੀ, ਉਸ ਬੋਰਡ ਲੱਗਿਆ ਪਿੰਡ ਯਾਦਪੁਰ ਜੱਟਾਂ ਆ, ਤੇ ਮਤਲਬ ਇਹ ਪੰਚਾਇਤ ਵੱਖਰੀ ਕਰਾਈ ਯਾਦਪੁਰ ਜੱਟਾਂ ਨੇ, ਤੇ ਪਿੰਡ ਦਾ ਨਾਮ ਮੈਂ ਹੀ ਰੱਖਿਆ ਬਾਗ ਬਸਤੀ। ਵਾਹ ਜੀ। ਓਮ ਪ੍ਰਕਾਸ਼ ਸਰਪੰਚ ਮੇਰਾ ਨਾਂ ਆ। ਠੀਕ ਹੈ। ਇਹ ਜਗ੍ਹਾ ਸਾਰੀ ਬਰਬਾਦ ਹੋ ਗਈ ਸੀ, ਇਹ ਜਿੰਨੀਆਂ ਸਮਾਧਾਂ ਦੇ ਕਮਰੇ ਬਣਾਏ, ਜੋ ਕੁਝ ਵੀ ਕੀਤਾ, ਗਲੀਆਂ ਬਣੀਆਂ, ਇਹ ਤੁਸੀਂ ਬਣਵਾਏ ਹੈ? ਹਾਂਜੀ ਹਾਂਜੀ, ਸੰਗਤ ਸਹਿਯੋਗ ਦੇ ਨਾਲ। ਠੀਕ। ਤੇ ਹੁਣ ਮੈਂ ਪੰਚਾਇਤ ਦੇ ਮੈਂ ਹੀ ਸਰਪੰਚ ਹੀ ਆ। ਰਸਤਾ ਜਿਹੜਾ ਆ ਕੋਈ 11 ਸਾਢੇ 11 ਲੱਖ ਰੁਪਈਆ ਲੱਗਾ ਇੱਥੇ,
ਪੱਕਾ ਰਸਤਾ ਬਣਾਇਆ ਹੈ ਅੱਛਾ ਜੀ ਉਹ ਲੈਟਰਿੰਗ ਬਾਥਰੂਮ ਬਣਾਇਆ ਵਾ ਚਾਲੂ ਕਰਨ ਵਾਲਾ ਅੱਛਾ ਜੀ ਹੁਣ ਜਿਹੜੀ ਆ ਮੂਰਤੀ ਹੈ ਨਾ ਸਾਹਮਣੇ ਪਿਛਲੇ ਸਾਲ ਹੀ ਦਿਖਾਈ ਹੈ ਲਖਦਾਦੀ ਦੀ ਮੂਰਤੀ ਅੱਛਾ ਜੀ ਪਹਿਲਾਂ ਹਾਂ ਨਹੀਂ ਜੂਨ ਮਹੀਨੇ ਦੀ 7 ਤਰੀਕ ਪੱਕੀ ਆ ਜੀ ਉਹ ਦੇਖੋ ਸਾਹਮਣੇ ਲਿਖੀ ਆ ਠੀਕ ਹੈ ਜੀ ਤੇ ਆ ਥੋੜੀ ਜਿਹੀ ਹੋਇਆ ਹੋਇਆ ਮੇਲਾ ਸਾਲ ਪਿੱਛੋਂ ਹਰ ਸਾਲ ਹੀ ਓਦਾਂ ਮੂਡ ਬਣ ਜਾ ਜਿਦਾ ਫਸਲ ਤੇ ਫਸਲ ਵੀ ਕਰਦੀ ਦਾ ਭੰਡਾਰਾ ਬੜੀ ਰੌਣਕ ਹੁੰਦੀ ਆ 5-7 ਪਿੰਡ ਇਕੱਠੇ ਹੁੰਦੇ ਆ ਸਾਰੇ ਤੁਸੀਂ ਸੰਭਾਲੀ ਹੋਈ ਸੇਵਾ ਹੁਣ ਇਸ ਜਗ੍ਹਾ ਦੀ ਫਿਰ ਅਸੀਂ ਜਦੋਂ ਕੋਈ ਸੰਤ ਬਿਠਾਈਏ ਤੇ ਉਹ ਲਾਉਂਦਾ ਨੀ ਇੱਥੇ ਕੋਈ ਡਿਵੈਲਪਮੈਂਟ ਨੀ ਕਰਦਾ ਤੇ ਫਿਰ ਮੈਂ ਆਪ ਹੀ ਹੁਣ ਸਿਰ ਚੱਕਿਆ ਤੇ ਹੁਣ ਦਰਿਆ ਦੇ ਬਿਲਕੁਲ ਕੰਢੇ ਆ ਪਾਣੀ ਨਹੀਂ ਚੜਦਾ ਇੱਥੇ ਦਰਿਆ ਦੀ ਇੱਥੇ ਖਾਸੀਅਤ ਇਹੀ ਆ ਵੀ ਜਦੋਂ ਬਰਸਾਤ ਨੂੰ ਜਿੰਨਾ ਚਿਰ ਇਸ ਸਮਾਧ ਦਾ ਪਾਣੀ ਨਾਲ ਟੱਚ ਹੋਣਾ ਹਾਂਜੀ ਉਹਨਾਂ ਚਿਰ ਬਰਸਾਤ ਨਹੀਂ ਖਤਮ ਹੋਣੀ ਅੱਛਾ ਜੀ ਜਦੋਂ ਪਾਣੀ ਭਰ ਕੇ ਦਰਿਆ ਟੱਚ ਹੋ ਗਿਆ ਨਾਲ ਵਾਹ ਜੀ ਸਭਲਾ ਦਰਿਆ ਖਤਮ ਪਾਣੀ ਬਰਸਾਤ ਅੱਛਾ ਜੀ ਤੇ ਉਹ ਤੋਂ ਇਲਾਵਾ ਹੁਣ ਇੱਥੇ ਸਮਾਧ ਇੱਕ ਪੁਰਾਣੀ ਸੀ ਤੇ ਨਾਗਾ ਦਾ ਜੋੜਾ ਇੰਜ ਕਰਕੇ ਨਿਕਲਦਾ ਰਿਹਾ ਅੱਛਾ ਹਰ ਸਾਲ ਹੀ ਮੇਰੇ ਵਾਈਫ ਕਹਿੰਦੇ ਵੀ ਤੁਸੀਂ ਕਹਿੰਦੇ ਐ ਨਹੀਂ ਜਗ੍ਹਾ ਇਹ ਤੇ ਮੈਨੂੰ ਨਾਗਾ ਨੇ ਬਹੁਤ ਸੱਪ ਲੱਭਦੇ ਇੱਥੇ ਉਹ ਇੰਨੀ ਗੱਲ ਕੀਤੀ ਸਾਡੇ ਪੈਰਾਂ 'ਚ ਇੱਕ ਜੋੜਾ ਲੰਮਾ ਪਿਆ ਰਿਹਾ ਅੱਛਾ ਮੈਂ ਕਿਹਾ ਚੱਲ ਫਿਰ ਬਾਬੇ ਦਾ ਵਧੀਆ ਢੰਗ ਨਾਲ ਫਿਰ ਆਪਾਂ ਨਾਗਾ ਦੀ ਜਗ੍ਹਾ ਬਣਾ ਲੈਣੀ ਬਣਾਤੀ ਵੱਖਰੀ ਬਣਾਤੀ ਹੈ ਨਹੀਂ ਮੈਂ ਦੇਖਿਆ ਛੋਟਾ ਜਿਹਾ ਮੰਦਰ ਮੰਦਰ ਬਣਾਇਆ ਜਦੋਂ ਸਮਾਧ ਪੱਟੀ ਆ ਜਨਵਰੀ ਮਹੀਨਾ ਸੀ ਬਹੁਤ ਜ਼ਿਆਦਾ ਠੰਡ ਸੀ ਉਹ ਜਿੱਦਾਂ ਹੀ ਆਪਾਂ ਸਮਾਧ ਪੱਟੀ ਥੱਲੋਂ ਦੇਵਤਾ ਕੋਲਾ ਬੰਬ ਐਡਾ ਮੋਟਾ ਪੂਰੀ ਸਮਾਧ ਥੱਲੇ ਬੈਠਾ ਹੈ ਅੱਛਾ ਜੀ ਉਹ ਫਿਰ ਉਹ ਸਮਾਧ ਪੱਟੀ ਕਿਉਂ ਮਤਲਬ ਇਹਨੂੰ ਪੱਟ ਕੇ ਤੇ ਆਪਾਂ ਮੰਦਰ ਬਣਾਇਆ ਅੱਛਾ ਅੱਛਾ ਬੱਕਰਾ ਬਣਾਇਆ ਬਾਬਾ ਜੀ ਤੁਹਾਡਾ ਮੰਦਰ ਸੋਹਣਾ ਬਣਾ ਦਿੰਦੇ ਆ ਬਾਅਦ ਪੁਰਾਣੀ ਹੋ ਗਈ ਆ ਅੱਛਾ ਜੀ ਉਹ ਇਹ ਘਰ ਦੀ ਮੇਰੀ ਤਾਂ ਲੜਕਾ ਮੇਰਾ ਖਿਜਣ ਲੱਗ ਪਿਆ ਡੈਡੀ ਕਹਿੰਦਾ ਸੱਪ ਥੱਲੇ ਬੈਠਾ ਤੁਸੀਂ ਕਿਉਂ ਪੁੱਟਿਆ ਉਹ ਮੈਂ ਕਿਹਾ ਆਪਾਂ ਦੁਆ ਸਲਾਮ ਕਰਦੇ ਹਾਂ ਮੈਂ ਆਪਾਂ ਸੋ ਕੇ ਅਰਦਾਸ ਅਰਦੂਸ ਕੀਤੀ ਬਾਬਾ ਜੀ ਤੁਸੀਂ ਆਪਣਾ ਆਸਣ ਚੱਕੋ ਇੱਥੋਂ ਥੋੜ੍ਹਾ ਸਾਈਡ 'ਤੇ ਹੋਵੋ ਅਤੇ ਆਪਾਂ ਇਹ ਸ਼ੱਕਰ ਜਿਹੜੀ ਆ ਮਿੱਟੀ ਚੁੱਕਿਆ ਉਹ ਥੜੀ 'ਚ ਪਾਣੀ ਉਹ ਫਿਰ ਇੰਜ ਕਰਕੇ ਉੱਠਿਆ ਜੀ ਅੱਛਾ ਜੀ ਉਹ ਜਿੱਦਾਂ ਉੱਠਿਆ ਇੱਦਾਂ ਹੀ ਨਾਲ ਹੀ ਉਹ ਇੰਨਾ ਪਿੰਨਾ ਬਣਾ ਕੇ ਬਹਿ ਗਿਆ 10 ਵਜੇ ਤੋਂ ਲੈ ਕੇ 4 ਵਜੇ ਤੱਕ ਰਿਹਾ ਅੱਛਾ ਜੀ ਜੇਠਾ ਵੀਰਵਾਰ ਹੀ ਉੱਧਰ ਦੁਨੀਆ ਬਹੁਤ ਹੀ ਲੋਕੀ ਦੂਰੋਂ ਦੂਰੋਂ ਆਏ ਕੋਈ ਆਉਂ ਫੁੱਲ ਛੁੱਟੇ ਉੱਤੇ ਕੋਈ ਦੁੱਧ ਪਾਵੇ ਅਤੇ ਉਹ ਇੰਝ ਕਰਕੇ ਬਹਿ ਵੇ ਸ਼ਾਮੀ ਜਦੋਂ ਆਹ ਟਾਈਮ ਹੋਇਆ ਇੱਦਾਂ ਦਾ ਸਿਆਲ ਨੂੰ ਛੇਤੀ ਹਨੇਰਾ ਹੋ ਜਾਂਦਾ ਫਿਰ ਉਹ ਸਾਰੀ ਜਗ੍ਹਾ ਚੈੱਕ ਕਰਕੇ ਘੁੰਮ ਘੁੰਮਾ ਕੇ ਤੇ ਮੰਦਰ ਦੇ ਅੰਦਰ ਬੜਿਆ ਤਾਂ ਉੱਥੇ ਹੀ ਸਫਲ ਹੋ ਗਏ ਅੱਛਾ ਜੀ ਹਾਂ ਉਹ ਤੋਂ ਬਾਅਦ ਫਿਰ ਉਹ ਹੁਣ ਆਇਆ ਫਿਰ ਆ ਜਦੋਂ ਫਲੱਡ ਆਇਆ ਪਿੱਛੇ ਆਇਆ ਨਾ ਪਾਣੀ ਜਿਹਾ ਆਇਆ ਫਿਰ ਆ ਮੇਰੀ ਵੀਡੀਓ ਦੇਖੋ ਮੈਂ ਮੋਬਾਈਲ 'ਚ ਆ ਵੀਡੀਓ ਅੱਛਾ ਜੀ ਮੈਂ ਤੁਹਾਨੂੰ ਸੈਂਡ ਕਰ ਦਿੰਦਾ ਉਹਦੇ ਉਹ ਫਿਰ ਸਾਰੇ ਅੰਦਰ ਘੁੰਮਿਆ ਫੋਟੋ 'ਤੇ ਐਂ ਲੰਮਾ ਪੈ ਜਾਂਦਾ ਸ਼ਿਵਲਿੰਗ ਮਹਾਰਾਜ ਦਾ ਰੱਖਿਆ ਉੱਥੇ ਉਹਦੇ ਉੱਤੇ ਹੀ ਆਪਾਂ ਕੱਪੜਾ ਦਿੱਤਾ ਉਹਨੇ ਚੜ੍ਹ ਕੇ ਆਉਂ ਦੁੰਬ ਮਾਰ ਕੇ ਆਉਂ ਕੱਪੜਾ ਲਾਇਆ ਮੈਂ ਘਰਦਿਆਂ ਨੂੰ ਕਿਹਾ ਮੈਂ ਗਰਮੀ 'ਚ ਕੱਪੜਾ ਨਹੀਂ ਦੇਈਦਾ ਹੁੰਦਾ ਸਿਆਲ 'ਚ ਦੇਈਦਾ ਹੈਂਜੀ ਉਹ 7-8 ਦਿਨ ਇੱਥੇ ਰਿਹਾ ਬਹੁਤ ਵਧੀਆ ਮੇਰੇ ਕੋਲ ਵੀਡੀਓ ਪਈ ਆ ਮੇਰੇ ਕੋਲ ਠੀਕ ਹੈ ਯਾਨੀ ਕਿ ਇਹ ਬਾਗ ਫਿਰ ਵੱਧ ਵਢਵਾਤਾ ਹੈ ਜੀ ਬਾਗ ਸਾਡੇ ਬਜ਼ੁਰਗਾਂ ਨੇ ਵਢਾਤਾ ਸਾਰੇ ਅੰਬਾਂ ਦੇ ਬੂਟੇ ਸਨ ਇੱਥੇ ਸਾਰੇ ਅੰਬਾਂ ਦੇ ਬੂਟੇ ਸੀ ਮਰੂਦਾਂ ਦੇ ਬੂਟੇ ਹੈਗੇ ਕੋ ਉਧਰ ਕਿੱਲਾ ਕੁ ਬਾਗ ਮਰੂਦਾਂ ਦਾ ਸੀ ਅੱਛਾ ਅੰਬਾਂ ਅੰਬ ਤੇ ਬਹੁਤ ਕੁਆਲਿਟੀ ਦੇ ਬੜੇ ਬੜੇ ਪੁਰਾਣੇ ਬੜੇ ਬੜੇ ਵੱਡੇ ਬੂਟੇ ਸੀ ਅੱਛਾ ਜੀ ਤੇ ਕੋਈ ਨਾ 7 ਜੂਨ ਨੂੰ ਨਾ ਉਹ ਆ ਜਾਓ ਕੋਈ ਸਾ ਕਰਵਾ ਸਕਦੇ ਇੱਕ ਦਿਨ ਆ ਜਾਓ ਪਹਿਲਾਂ ਠੀਕ ਹੈ ਇੱਥੇ ਬਹਿਣ ਵਾਸਤੇ ਸੌਣ ਵਾਸਤੇ ਬੜਾ ਵਧੀਆ ਅਰੇਂਜਮੈਂਟ ਕੀਤਾ ਦਾ ਠੀਕ ਹੈ ਲੰਗਰ ਪਾਣੀ ਦਾ ਅਰੇਂਜਮੈਂਟ ਆ ਤੇ ਬਾਕੀ ਆ ਜਿੰਨਾ ਖੂਹ ਜਿਹੜਾ ਹੈ ਛੋਟੀ ਹੇਠ ਦਾ ਇਹਨਾਂ ਨਾਲ ਬਣਿਆ ਹਾਂ ਛੋਟੀ ਦੇਖ ਲਿਆ ਇਹਨੂੰ ਸਾਰੀ ਰਿਪੇਅਰ ਮੈਂ ਹੀ ਕਰਾਈ ਆ ਹੁਣ ਠੀਕ ਹੈ ਮੈਂ ਕਿਹਾ ਇਹ ਪੁਰਾਣੀ ਇਤਿਹਾਸਿਕ ਚੀਜ਼ ਆ ਤੇ ਕੱਲ੍ਹ ਨੂੰ ਬਰਬਾਦ ਕਰਨਾ ਇਹਨੂੰ ਮੈਂ ਕਿਹਾ ਯਾਦਗਰੀ ਰੱਖਣਾ ਹੁਣ ਇਹ ਮੇਰਾ ਵਿਚਾਰ ਉਹਦਾ ਮੋਟਰ ਮੇਰੀ ਚੱਲਦੀ ਪਈ ਆ ਨਲਕਾ ਵੀ ਲੱਗਾ ਹੁਣ ਮੈਂ ਇਹ 'ਚ ਬੋਰ ਕਰਾਉਣ ਲੱਗਾ ਵਾਂ ਇਹ ਖੂਹ ਦਾ ਹੀ ਪਾਣੀ ਲੋਕ ਪੀਣ
ਠੀਕ ਤੇ ਆਪਾਂ ਉਹਨੇ ਭੰਡਾਰੇ ਨੂੰ ਟੂਟੀਆਂ ਟਾਟੀਆਂ ਲਾ ਦਾਂਗੇ ਤੇ ਖੂਹ ਦੇ ਉੱਤੇ ਮਤਲਬ ਲਾਵਾਂਗੇ ਪਾਣੀ ਵਗੈਰਾ। ਠੀਕ ਹੈ, ਬਹੁਤ ਵਧੀਆ ਉਪਰਾਲਾ ਜੀ। ਦੀਵਾਰਾਂ ਦੁਗਣਾ ਮੈਂ ਹੀ ਕਢਾਈਆਂ ਸਾਰੀਆਂ ਦਰਿਆ ਵਾਲੇ ਪਾਸੇ, ਬਹੁਤ ਜ਼ਿਆਦਾ ਜੰਗਲ ਜਾੜੀ ਮੱਥਾ ਟੇਕਣ ਜਗ੍ਹਾ ਨਹੀਂ। ਚਲੋ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਪ੍ਰਸ਼ਾਦਾ ਬਣਾਉਣੇ ਚਾਹ ਕੋਲ ਅਤੇ ਮੈਂ ਹੁਣ ਪਹੁੰਚ ਗਿਆ ਜੀ ਪਿੰਡ ਤਗੜ ਕਲਾਂ, ਸਾਹਮਣੇ ਪਿੰਡ ਤਗੜ ਕਲਾਂ, ਤਗੜ ਕਲਾਂ ਔਰ ਜਹਾਦਪੁਰ ਜੱਟਾਂ ਦੇ ਵਿਚਕਾਰ। ਤਗੜ ਕਲਾਂ ਤੋਂ ਜਾਂਦਾ ਸੀ ਇੱਕ ਪਿਆ, ਇਹ ਹੈ ਪਿਆ ਉਹ ਜਿਹੜਾ ਜਾਂਦਾ ਸੀ ਜਹਾਦਪੁਰ ਜੱਟਾਂ। ਉਹ ਵੇਖਦੇ ਹਾਂ ਕਿੱਥੋਂ ਤੱਕ ਪਿਆ ਇਹ ਜਾਂਦਾ ਹੈ ਅਤੇ ਕਿੱਥੇ ਸਨ ਪਿੰਡ ਦੀਆਂ ਸਾਂਝੀਆਂ ਕਬਰਾਂ। ਪੁਰਾਣਾ ਪਿਆ ਤਗੜ ਕਲਾਂ ਤੋਂ ਜਹਾਦਪੁਰ ਜੱਟਾਂ, ਇਹ ਸਾਹਮਣੇ ਇੱਕ ਖਾਨਗਾਹ ਨਜ਼ਰ ਆ ਰਹੀ ਹੈ, ਇੱਥੇ ਹੀ ਹੁੰਦੀਆਂ ਹੋਣਗੀਆਂ ਪੁਰਾਣੀਆਂ ਕਬਰਾਂ ਅਤੇ ਕਬਰਸਤਾਨ। ਇਹ ਥੋੜ੍ਹੀ ਉੱਚੀ ਥਾਂ, ਅੱਗਿਓਂ ਇਹ ਪਿਆ ਬੰਦ ਹੋ ਗਿਆ, ਜਿਸ ਤਰ੍ਹਾਂ ਕਿ ਬਜ਼ੁਰਗਾਂ ਦੱਸਿਆ ਕਿ ਅੱਗਿਓਂ ਪਿਆ ਬੰਦ ਹੋ ਚੁੱਕਾ ਹੈ, ਰਸਤੇ ਬੰਦ ਹੋ ਚੁੱਕੇ ਹਨ, ਜਿਹੜਾ ਕਿ ਪੁਰਾਣਾ ਤਗੜ ਕਲਾਂ ਤੋਂ ਜਹਾਦਪੁਰ ਜੱਟਾ ਜਾਂਦਾ ਸੀ। ਪੁਰਾਣੇ ਕਬਰਸਤਾਨ 'ਚ ਇਹ ਇੱਕ ਦਰਗਾਹ ਨਜ਼ਰ ਆ ਰਹੀ ਹੈ। ਸਾਰਾ ਰਕਬਾ ਕਬਰਸਤਾਨ ਦਾ ਰਿਹਾ ਹੋਏਗਾ, ਹੁਣ ਬਸ ਥੋੜ੍ਹਾ ਹੀ ਰਕਬਾ ਨਜ਼ਰ ਆ ਰਿਹਾ, ਬਾਕੀ ਖੇਤ ਬਣ ਚੁੱਕੇ ਹਨ। ਸਾਹਮਣੇ ਪਿੰਡ ਜਹਾਦਪੁਰ ਜੱਟਾਂ, ਦੋਵੇਂ ਪਿੰਡ ਨੇੜੋ ਨੇੜੇ ਹਨ, ਇੱਕ ਕਿਲੋਮੀਟਰ ਦਾ ਲਗਭਗ ਫਾਸਲਾ ਦੋਨਾਂ ਪਿੰਡਾਂ ਵਿਚਕਾਰ। ਇਹ ਕਬਰਸਤਾਨ ਸੀ ਸਾਰਾ, ਹੈ ਨਾ? ਨਹੀਂ ਇਹ ਜਗ੍ਹਾ ਵੱਖਰੀ ਆ। ਵੱਖਰੀ ਕਬਰਸਤਾਨ ਕਿੱਥੇ ਸੀ? ਆ ਇੱਧਰ ਕਿਹੜਾ, ਆ ਸੀ ਕਬਰਸਤਾਨ? ਹਾਂਜੀ ਆ ਸਾਰਾ ਹੀ, ਆ ਸਾਰਾ ਕਬਰਸਤਾਨ ਸੀ। ਇਹਨੂੰ ਕੱਢ ਕੇ, ਅੱਛਾ ਇਹ ਗੰਨੇ ਨੂੰ ਕੱਢ ਕੇ, ਇਹ ਗੰਨੇ ਨੂੰ ਕੱਢ ਕੇ, ਆ ਸੀ ਕਬਰਸਤਾਨ ਵਾਲੀ ਜਗ੍ਹਾ। ਹਾਂਜੀ ਇਹ ਸਾਰਾ ਹੀ ਸਾਰਾ। ਅੱਛਾ ਇਹ ਵੱਖਰੀ ਕਬਰ ਹੈ? ਹਾਂਜੀ ਇਹ ਜਗ੍ਹਾ ਵੱਖਰੀ ਹੈ। ਠੀਕ ਹੈ, ਪੁਰਾਣਾ ਰਸਤਾ ਪੁਰਾਣਾ ਪਿਆ ਆਇਆ ਹੀ ਹੈ। ਹਾਂਜੀ ਹਾਂਜੀ।